ਤਕਰੀਬਨ ਗਵਰਨਮੈਂਟ ਨੇ ਡੇਢ ਮਹੀਨਾ ਚਲੋ ਕਹਿ ਦਿੱਤਾ ਸੀ ਵੀ ਤੁਸੀਂ I14 ਨੰਬਰ ਪਲੇਟ ਲਵਾਓ ਆਪਣੀ, ਇਹ ਤੁਹਾਡੇ ਬਕਾਇਦਾ ਚਲਾਨ ਹੋਣ। ਉਸ ਤੋਂ ਬਾਅਦ 1 ਜੁਲਾਈ ਆ ਤੇ ਅਸੀਂ ਤਕਰੀਬਨ ਨੰਬਰ ਪਲੇਟਾਂ ਦੇ ਚਾਣ ਚਾਰਾ ਕਰ ਰਹੇ ਹਾਂ। ਚਲਾਨ ਦਾ ਅੱਜ ਤੁਹਾਨੂੰ ਪੁਲਿਸ ਨੇ ਮੌਕੇ ਦੇ ਨਾਕੇ ਤੇ ਫੜ ਲਿਆ। ਜੋ ਕੋਈ ਹੋਗੀ ਪਲੈਟੀ ਆਪਾਂ ਭਰ ਦੇਵਾਂਗੇ, ਪਰ ਸਾਡਾ ਕੋਈ ਕਸੂਰ ਥੋੜੀ ਆ। ਉਹ ਜਿਹੜਾ ਫਰੋਡ ਹੋਇਆ ਸੀ ਇਹਨੇ ਸਲਿੱਪ ਵਗੈਰਾ ਕੋਈ ਐਵਿਡੈਂਸ ਹੈਗੀ ਨਾ? ਸਲਿੱਪ ਦਿਖਾਉਂਗਾ ਮੜਾ ਜਿਹੜਾ ਫਰੋਡ ਹੋਇਆ। अच्छा जी, हां ऑन द कॉल ਤੇ ਹੁਣ ਤੁਹਾਨੂੰ ਪੁਲਿਸ ਨੇ ਰੋਕਿਆ ਹੈ ਉਹ ਤੁਹਾਡੇ ਕੋਲ ਆਪਾਂ ਗੱਲ ਕਰ ਲਵਾਂਗੇ, ਅਸੀਂ ਨਾਗਰਿਕ ਹੀ ਹਾਂ। ਦੇਖੋ ਸਾਰਾ ਮੰਨ ਲਓ ਅਸੀਂ ਮੈਨੂੰ ਕਿਹਾ ਦੇ ਮੌਕੇ ਕੋ ਕਿਸੇ ਵਕੀਲ ਹੋ ਮੈਂ ਵਕੀਲ ਨਹੀਂ ਮੈਂ ਤੇ ਮੈਂ ਦੇ ਐਡ ਪ੍ਰੈਜ਼ੈਂਟ ਸੀ ਉਹ ਫੈਂਸ ਸੀ ਕਿ ਨੋ ਵੇਟ ਕਰ ਨਹੀਂ ਪੇ ਕਿਉਂ ਨਹੀਂ ਹੈਗਾ ਕਿਉਂ ਵਾਇਲੇਸ਼ਨ ਆਫ ਆਰਟੀਏ ਹਾਲ ਤੇ ਕਾਗਜ਼ ਵੇਸਟ ਕਰ ਰਹੇ ਆਨਲਾਈਨ ਜਿਸੇ ਤੇ ਵੇਸਟ ਨਹੀਂ ਕਰ ਗਵਰਨਮੈਂਟ ਦਾ ਕੰਮ ਕਰ ਰਹੇ ਵੇਸਟ ਨਹੀਂ ਕਰ ਰਹੇ ਕਦਾ ਹੈਗਾ ਵਾ ਤੁਹਾਡੀ ਗੱਡੀ 'ਚ ਆਪਣੀ ਪਲੇਟ ਲੱਗੀ ਹੋਈ ਸਰਕਾਰੀ फ्रॉड चलता है ਕਿੰਨੇ ਟਾਈਮ ਪਹਿਲੇ ਕਿ ਨਾ ਇਹਨਾਂ ਡੇਢ ਮਹੀਨਾ ਕੋਈ ਐਵਿਡੈਂਸ ਸਲਿਪ ਸ਼ੋ ਕਰਾ ਦੋ ਇਹ ਜਿਹੜੀ ਆ ਸ਼ੀਟ ਤੋਂ ਰੋਬੀ ਚੀਜ਼ ਕਿਉਂਕਿ ਪਹਿਲਾਂ ਕਰੋਨਾ ਕਰਕੇ ਇਹ ਚੀਜ਼ ਨੂੰ ਥੋੜੀ ਢਿੱਲ ਕਰਾਤਾ ਸੀ ਲੇਕਿਨ ਦੁਬਾਰਾ ਆਪਾਂ ਤਾਂ ਵਿਦਿਨ ਡੇਟ ਹੀ ਅਪਲਾਈ ਕੀਤੀ ਆ। ਚਲੋ ਅੱਜ ਲਾਸਟ ਕੱਲ ਲਾਸਟ ਦਿਨ ਸੀ ਅੱਜ ਚਲਾਨ ਦਾ, ਅੱਜ ਤੁਹਾਨੂੰ ਪੁਲਿਸ ਨੇ ਮੌਕੇ ਦੇ ਨਾਕੇ ਤੇ ਫੜ ਲਿਆ। ਜੋ ਕੋਈ ਹੋਗੀ ਪਲੈਟੀ ਆਪਾਂ ਭਰ ਦਵਾਂਗੇ, ਪਰ ਸਾਡਾ ਕੋਈ ਕਸੂਰ ਥੋੜੀ ਆ। ਹੁਣ ਆਨਲਾਈਨ ਫਰਾਡ ਹੈ, ਅਸੀਂ ਕੋਈ ਉਸ ਲੈਵਲ ਦੇ ਅਸੀਂ ਅਵੇਅਰ ਵੀ ਹੈ ਨਹੀਂ ਸਾਡੇ ਨਾਲ ਆਨਲਾਈਨ ਸਾਡੇ ਨਾਲ ਫਰਾਡ ਹੋਇਆ। ਇਸ ਬਾਰੇ ਤੁਸੀਂ ਕੋਈ ਕੰਪਲੇਂਟ ਕੀਤੀ ਹੈ? ਕੰਪਲੇਂਟ ਫਿਰ ਆਪਾਂ ਮੰਨ ਲਓ ਬੰਦੇ ਕਿ ਨਹੀਂ, ਅਸੀਂ ਕਰ ਰਹੇ ਹਾਂ, ਪਰ ਸਾਡੇ ਕੋਲ ਐਵਿਡੈਂਸ ਸਾਡੇ 300-400 ਦਾ ਮੇਰੇ ਜਿੰਨੀ ਵੀ ਫੀਸ ਸੀਗੀ, ਜੇ ਅਸੀਂ ਆਨਲਾਈਨ ਜਾਵਾਂਗੇ ਸਾਡੇ 1-2 ਦਿਨ ਉਹ 'ਚ ਹੋਰ ਖਰਾਬ ਹੋ ਜਾਣੇ, ਉਹਨਾਂ ਦਾ ਸਾਨੂੰ ਲਾਸ ਹੋ ਜਾਣਾ। ਸੋ ਨਵੇਂ ਸਿਰੇ ਆਪਾਂ ਫਿਰ ਅਪਲਾਈ ਕੀਤੀ ਹੈ। ਜੋ ਮੈਂ ਪੇਪਰ ਮੰਗਣਗੇ ਤੁਸੀਂ ਦੇ ਦੇ ਦੇਵਾਂਗੇ, ਉਹ ਸਾਡੇ ਪੂਰੇ ਹੀ ਆ ਪੇਪਰ, ਸਭ ਹੈਗਾ, ਪਰਮਿਸ਼ਨ ਹੈਗਾ ਆ, ਲਾਇਸੈਂਸ ਹੈਗਾ, ਆਰਸੀ ਹੈਗੀ ਆ, ਇੰਸ਼ੋਰੈਂਸ ਆ, ਪੂਰਾ ਹੀ ਰੱਖੀਦਾ ਅਸੀਂ। ਠੀਕ, ਅਸੀਂ ਨਹੀਂ ਕੋਈ ਵਾਇਲੇਸ਼ਨ ਕਰੀ। ਅੱਜ ਜਿਹੜੇ ਪੰਜਾਬ ਸਰਕਾਰ ਵੱਲੋਂ ਜਿਹੜੇ 30 ਜੂਨ ਦੀ ਆਖਰੀ ਜਿਹੜੀ ਸੀਗੀ ਹਾਈ ਸਕੂਲ ਦੇ ਨੰਬਰ ਪਲੇਟ ਦੀ, ਅੱਜ ਚਲਾਨ ਕੱਟੇ ਜਾ ਰਹੇ ਨੇ, ਦੱਸ ਦਿਓ ਬਾਰੇ। ਹਾਂਜੀ ਸਰ, ਇਹ ਗਵਰਨਮੈਂਟ ਵੱਲੋਂ ਜਿਹੜਾ ਇਹਦਾ ਟਾਈਮ ਦਿੱਤਾ ਗਿਆ ਸੀ 30 ਜੂਨ ਤੱਕ ਦਿੱਤਾ ਗਿਆ ਸੀ, ਅਤੇ ਤਕਰੀਬਨ ਗਵਰਨਮੈਂਟ ਨੇ ਡੇਢ ਮਹੀਨਾ ਪਹਿਲਾਂ ਕਹਿ ਦਿੱਤਾ ਸੀ ਵੀ ਤੁਸੀਂ I14 ਨੰਬਰ ਪਲੇਟ ਲਵਾਓ ਆਪਣੀ, ਇਹ ਤੁਹਾਡੇ ਬਕਾਇਦਾ ਚਲਾਨ ਹੋਣਗੇ। ਉਸ ਤੋਂ ਬਾਅਦ 1 ਜੁਲਾਈ ਆ ਅਤੇ ਅਸੀਂ ਤਕਰੀਬਨ ਨੰਬਰ ਪਲੇਟਾਂ ਦੇ ਚਾਣ ਚਾਰਾ ਕਰ ਰਹੇ ਹਾਂ, ਤਕਰੀਬਨ 15-20 ਚਲਾਨ ਕਰ ਵੀ ਦਿੱਤੇ ਆ, ਬਾਕੀ ਪਬਲਿਕ ਨੂੰ ਗਾਈਡਿੰਗ ਕਰ ਰਹੇ ਹਾਂ। ਜਿਹਨਾਂ ਨੂੰ ਨਹੀਂ ਪਤਾ ਤਕਰੀਬਨ ਇੱਦਾਂ ਕਰ ਵਿਚਾਰਾ, ਕੋਈ ਪਿੰਡਾਂ 'ਚੋਂ ਵੀ ਆਉਂਦਾ, ਕੋਈ ਸ਼ਹਿਰਾਂ 'ਚ ਦੂਰੋਂ ਦੁਰਾਡੇ ਵੀ ਆ ਰਹੇ ਆ, ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ। ਹਾਂਜੀ ਹਾਂਜੀ, ਸ਼ਹਿਰ ਵਾਸੀਆਂ ਤਕਰੀਬਨ ਸਾਰਿਆਂ ਨੌਲੇਜ ਆ, ਉਹ ਅਣਦੇਖਾ ਕਰਦੇ, ਪਰ ਉਹਨਾਂ ਦੇ ਚਲਾਨ ਭਰੇ ਜਾਂਦੇ ਜੀ। ਉਹ ਸ਼ਹਿਰ ਵਾਸੀ ਤਕਰੀਬਨ ਸਾਰੇ 99% ਸ਼ਹਿਰ ਵਾਸੀਆਂ ਨੂੰ ਹਾਈ ਸਕਿਉਰਟੀ ਨੰਬਰ ਪਲੇਟ ਬਾਰੇ ਪਤਾ ਵਾ, ਉਹ ਜਾਣ ਬੁੱਝ ਕੇ ਜਾਣ ਵਾਲੇ ਬਾਰੇ ਜਾਂ ਕੋਈ ਟਾਈਮ ਨਹੀਂ ਮਿਲਦਾ, ਇਸ ਕਰਕੇ ਉਹਨਾਂ ਦੇ ਤਕਰੀਬਨ ਵੱਧ ਤੋਂ ਵੱਧ ਚਲਾਨ ਭਰੇ ਜਾਂਦੇ। ਹਾਈ ਸਕਿਉਰਟੀ ਨੰਬਰ ਪਲੇਟ ਦੀ ਗੱਲ ਕਰੀਏ, ਹਾਈ ਸਕਿਉਰਟੀ ਨੰਬਰ ਪਲੇਟ ਹੈ ਕੀ ਹੈ? ਹਾਈ ਸਕਿਉਰਟੀ ਨੰਬਰ ਪਲੇਟ ਜੀ, ਇਹ ਸੈਂਟਰਲ ਗਵਰਨਮੈਂਟ ਵਹੀਕਲ ਦੇ ਤਹਿਤ ਸਨ 1999 'ਚ ਸੈਕਸ਼ਨ 50 ਧਾਰਾ ਨਾਲ ਇਹ ਲਾਗੂ ਕੀਤਾ ਗਿਆ ਸੀ। ਇਹ ਇੱਕ ਗਵਰਨਮੈਂਟ ਵੱਲੋਂ ਪੈਟਰਨ ਮੁਤਾਬਕ ਨੰਬਰ ਪਲੇਟ ਆ, ਜਿਹਦੇ ਉੱਪਰ ਇੱਕ ਲੋਗੋ ਆ ਗਵਰਨਮੈਂਟ ਦਾ, ਉਹਦੇ ਸੀਰੀਅਲ ਨੰਬਰ ਆ, ਨਾਲ ਸਟਿੱਕਰ ਲੱਗਾ। ਤੁਸੀਂ ਜਦੋਂ ਵੀ ਮਰਜ਼ੀ ਇਸ ਨੰਬਰ ਪਲੇਟ ਤੋਂ ਸਕੈਨ ਕਰਕੇ ਜਾਂ ਇਸ ਨੰਬਰ ਪਲੇਟ ਤੋਂ ਪੂਰਾ ਓਨਰ ਦਾ ਜਿਹਦੇ ਨਾਂ 'ਤੇ ਗੱਡੀ ਆ ਉਹਦਾ ਪੂਰਾ ਐਡਰੈਸ ਕੰਪਲੀਟ ਐਡਰੈਸ ਨਿਕਲ ਸਕਦਾ ਵਾ। ਜਦੋਂ ਮਰਜ਼ੀ ਕੋਈ ਗੱਡੀ ਐਕਸੀਡੈਂਟ ਕਰਕੇ ਭੱਜ ਜਾਂਦੀ ਆ, ਜਿਹਦੇ ਨੰਬਰ ਲੱਗਾ ਵਾ ਹਾਈ ਸਕਿਉਰਟੀ ਨੰਬਰ 'ਤੇ ਲੱਗੀ ਹੋਊਗੀ, ਇਸ ਤੋਂ ਤੁਸੀਂ ਉਹਦਾ ਮਾਲਕ ਦਾ ਐਡਰੈਸ ਬਹੁਤ ਤਰੀਕੇ ਵਧੀਆ ਤਰੀਕੇ ਨਾਲ ਕਢਾ ਸਕਦੇ, ਤੁਹਾਨੂੰ ਕੋਈ ਮੁਸ਼ਕਲ ਨਹੀਂ ਆਊਗੀ। ਹਾਈ ਸਕਿਉਰਟੀ ਚਲਾਨ ਵਗੈਰਾ ਕਿੰਨੇ ਤੋਂ ਸਟਾਰਟਿੰਗ ਹੋ? ਸਟਾਰਟਿੰਗ 2000 ਆ ਜੀ, ਅਤੇ ਤਕਰੀਬਨ ਜੇ ਦੂਜੀ ਵਾਰੀ ਚਲਾਨ ਕੀਤਾ ਜਾਵੇ 3000 ਰੁਪਏ ਚਲਾਨ ਆ, 3000। ਉਸ ਤੋਂ ਬਾਅਦ ਵੀ ਜੇ 1-2 ਵਾਰੀ ਚਲਾਨ ਫਿਰ ਦੁਬਾਰਾ ਕਰਾ ਲੈਂਦਾ ਵਿਅਕਤੀ, ਉਹਦੀ ਗੱਡੀ ਬਲੈਕ ਲਿਸਟ 'ਤੇ ਪੈ ਸਕਦੀ ਹੈ ਆਰਟੀ ਦਫ਼ਤਰ ਵੱਲੋਂ। ਕਈ ਵੀ ਹਾਈ ਸਕਿਉਰਟੀ ਵਗੈਰਾ ਲੋਕਾਂ ਕੋਲ ਹੁੰਦੀ ਹੈਗੀ ਹੈ, ਨੰਬਰ ਪਲੇਟ ਨਹੀਂ ਲੱਗੀ ਹੁੰਦੀ, ਉਹਨਾਂ ਨੂੰ ਵਾਰਨਿੰਗ ਦੇ ਰਹੇ ਹੋ ਕਿੱਦਾਂ ਚਲਾਨ? ਹਾਂਜੀ, ਜੇ ਉਹਨਾਂ ਕੋਲ ਗਵਰਨਮੈਂਟ ਵੱਲੋਂ ਆਰਟੀ ਦਫ਼ਤਰ ਦੀ ਸਲਿੱਪ
अपलाई की हाई सिक्योरिटी नंबर हैगी है स्लिप उन्होंने वैल्ड अपने वैलिडिटी हैगी हले कि अपॉइंटमेंट हैगी इन्नी तरीक लगनी आता असं स्लिप देख के छड़ दईदा वह कोई चला नहीं है तकरीबन जी असी तो ये तारी गल सही है भी राजनीति पार्टी बहुत शहर जलंधर च पर असी रूल के मुताबिक कानून के मुताबिक ही करते हैं जिन्हें तकरीबन पोलिटिकल भी कोई किसी ने नहीं नंबर वह भी बकायदा चलान किया जाता है शहर विशेष में यह अपील करना चाहते हैं वो तो वो भी अपने जी है ना हरेक व्हीकल एक्टिवा तो लैके मोटरसाइकिल गड्डी है या ट्रक है ज बस वा उन्होंने वो तो वो अपनी हाई सिक्योरिटी नंबर अपलाई करो तो नंबर हाई सिक्योरिटी लगाओ।